ਸਾਥੀਓ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਔੜਾ ਸੱਚ ਰੱਖਣ ਲੱਗਿਆ ਕਿ ਅੰਮ੍ਰਤਾ ਜੀ ਜਸੁਰਗਵਾਸ ਹੋ ਜਾਂਦੇ ਨੇ ਤਾਂ ਬਾਰਸ਼ਾ ਜੀ ਉਹਨਾਂ ਗੱਲਾਂ ਕਰਦੇ ਨੇ ਧਿਆਨ ਨਾਲ ਸੁਣਿਆ ਜੀ ਬਾਰਸ਼ਾ ਜੀ ਬੋਲਦੇ ਬਾਰਸ਼ਾ ਜੀ ਬੋਲਦੇ ਆ ਅੰਮ੍ਰਤਾ ਮੇਰੇ ਕੋਲ ਤੇਰੇ ਨਾਲ ਮੈਂ ਬੱਚੇ ਕੋ ਸਾਂਝੇ ਕਰਨੇ ਬੋਲ ਸਨ 47 ਹਿੰਦਸੀ ਹੋਇਆ ਜਦੋਂ ਆਜ਼ਾਦ ਸਨ 47 ਹਿੰਦਸੀ ਹੋਇਆ ਜਦੋਂ ਆਜ਼ਾਦ ਪਾਟਕ ਪਾ ਕੇ ਲੀਡਰਾਂ ਤੇ ਲੋਕ ਕਰੇ ਬਰਬਾਦ ਸਿਆਸਤਦਾਨਾਂ ਉਸ ਸਮੇ ਖੇਲੀ ਪੁੱਠੀ ਚਾਲ ਸਿਆਸਤਦਾਨਾਂ ਉਸ ਸਮੇ ਖੇਲੀ ਪੁੱਠੀ ਚਾਲ ਮੁਸਲਮਾਨਾ ਲੜਾ ਦਿੱਤੇ ਮੁਸਲਮਾਨ ਲੜਾ ਦਿੱਤੇ ਉਹਨਾਂ ਸਿੱਖਾਂ ਨਾਲ ਤਾਤਾ ਅੱਗਾਂ ਲਾਈਆਂ ਤਾਤਾ ਅੱਗਾਂ ਲਾਈਆਂ ਉਹਨਾਂ ਪਾ ਧਰਮਾਂ ਦਾ ਤੇਲ ਪਲ ਵਿੱਚ ਸੂਲੀ ਟੰਗਿਆ ਸੀ ਸਦੀਆਂ ਦਾ ਮੇਲ ਪੰਜੇ ਪਾਣੀ ਪੰਜਾਬ ਦੇ ਹੋਏ ਸੀ ਲਾਲੋ ਲਾਲ ਪੰਜੇ ਪਾਣੀ ਪੰਜਾਬ ਦੇ ਹੋਏ ਸੀ ਲਾਲੋ ਲਾਲ ਤੈ ਮੈਨੂੰ ਬਾਜਾਂ ਮਾਰੀਆਂ ਤਕ ਧੀਆਂ ਦਾ ਹਾਲ ਸਾਲ 84 ਆਣ ਕੇ ਜਦ ਵਰਤਾਇਆ ਘਰ ਸਾਲ 84 ਆਣ ਕੇ ਜਦ ਵਰਤਾਇਆ ਕਹਿਰ ਸਾੜੀਆਂ ਪੱਗਾਂ ਧਾੜੀਆਂ ਪਾਗਲਾਂ ਵਿੱਚ ਟੈਰ ਮਾਮਾ ਹਿੱਕਾਂ ਪਟੀਆਂ ਉਹ ਮਾਮਾ ਹਿੱਕਾਂ ਪਟੀਆਂ ਤਕਤੀਆਂ ਦਾ ਹਾਲ ਕੁੜੀਆਂ ਕੰਜ ਕੁਆਰੀਆਂ ਉਹ ਲੈ ਗਏ ਗੁੰਡੇ ਨਾਲ ਤਿੰਨ ਦਿਨ ਭਾਂਬੜ ਮੱਚਿਆ ਤਿੰਨ ਦਿਨ ਭਾਂਬੜ ਮੱਚਿਆ ਨਾ ਸੁਣੀ ਕਿਸੇ ਫਰਿਆਦ ਤੇਰੇ ਸਹਿਰ ਵੀ ਵਰਤਿਆ ਤੇ ਤੈਨੂੰ ਹੋਣਾ ਯਾਦ ਕੁੱਤਿਆਂ ਕਾਂਵਾਂ ਖਾ ਲਏ ਸੀ ਕੁੱਤਿਆਂ ਖਾਵਾ ਖਾਲੇ ਸੀ ਮੋਏ ਇਨਸਾਨ ਉਹ ਮਦ ਪਿਆਲੇ ਪੀ ਕੇ ਤੇ ਤੂੰ ਰਹੀ ਗੁਲਤਾਨ ਨਾ ਹਾ ਦਾ ਨਾਰਾ ਮਾਰਿਆ ਨਾ ਹਾ ਦਾ ਨਾਰਾ ਮਾਰਿਆ ਅੱਜ ਸਾਰੇ ਇਹੋ ਕਹਿਣ ਧੀਆਂ ਰੋ ਰੋ ਹਫੀਆਂ ਪਰ ਤੈ ਨਾ ਪਾਏ ਬੈਣ ਤੂੰ ਤੇ ਬਹਿ ਗਈ ਅੰਮ੍ਰਤਾ ਅੰਦਰੋਂ ਬੂਹੇਟੋ ਤੂੰ ਤੇ ਬਹਿ ਗਈ ਅੰਮ੍ਰਤਾ ਅੰਦਰੋਂ ਬੂਹੇਟੋ ਤੈਨੂੰ ਸੜਦੇ ਮਾਸ ਦੀ ਰਤਾ ਆਈ ਨਾ ਬੋ ਉੱਚੀ ਕੁਰਸੀ ਦੇ ਕੇ ਤੇਰੀ ਲਈ ਕਲਮ ਚੁਰਾ ਤੈਨੂੰ ਉੱਚੀ ਕੁਰਸੀ ਦੇ ਕੇ ਤੇਰੀ ਲਈ ਕਲਮ ਚੁਰਾ ਉਹ ਜਾਤ ਤੇਰੀ ਸੜ ਮੱਚ ਗਈ ਪਰ ਤੈਨਾਂ ਨਾ ਮਾਰਿਆ ਜੋ ਨੇ ਕਲਮਾ ਫੜਦੇ ਜੋ ਨੇ ਕਲਮਾ ਫੜਦੇ ਉਹਨਾਂ ਕਲਮ ਲੁਕਾਣ ਤਖਤਾਂ ਦੀ ਥਾਂ ਤਖਤੇ ਉਹ ਕਰਦੇ ਪ੍ਰਵਾਨ ਮੈਨੂੰ ਵਾਜਾਂ ਮਾਰ ਕੇ ਤਾਂ ਮੈਨੂੰ ਵਾਜਾਂ ਮਾਰ ਕੇ ਤੂੰ ਲਿਖ ਮਾਰੇ ਫਰਮਾਨ ਆਪਣੀ ਵਾਰੀ ਬੱਚੀਏ ਤੂੰ ਰਹੀ ਨਫਰਜ ਪਛਾਨ ਮੈਨੂੰ ਬਾਜਾ ਮਾਰ ਕੇ ਤੂੰ ਲਿਖ ਮਾਰੇ ਫਰਮਾਨ ਆਪਣੀ ਵਾਰੀ ਆਪਣੇ ਸਕੀਨ ਫਰਜ ਪਛਾਨ ਕਹਿਣੇ ਸੌਖੇ ਬੱਚੀਏ ਤੇ ਕਰਨੇ ਔਖੇ ਕੰਮ ਉੱਚੇ ਅਹੁਦੇ ਬੈਠ ਕੇ ਤੂੰ ਜ਼ੁਲਮ ਸਕੀਨ ਥੰਮ ਕਲਮ ਨਾਲੋਂ ਕੁਰਸੀ ਤੈਂ ਕਰੀ ਪ੍ਰਧਾਨ ਕਲਮ ਨਾਲੋਂ ਕੁਰਸੀ ਤੈਂ ਕਰੀ ਪ੍ਰਧਾਨ ਤੈਨੂੰ ਮਾਫ ਨਾ ਕਰਨਗੇ ਉਹ ਦੁਖੀ ਇਨਸਾਨ ਉਹ ਜਦੋਂ ਪਤਾ ਮਰ ਜਾਵਣਾ ਅੱਜ ਨਹੀਂ ਤਾਂ ਕੱਲ ਜਦੋਂ ਪਤਾ ਮਰ ਜਾਵਣਾ ਅੱਜ ਨਹੀਂ ਤਾਂ ਕੱਲ ਉਹ ਦੱਸ ਕਿਵੇਂ ਤੂੰ ਭੁੱਲ ਗਈ ਇਹ ਜ਼ਰੂਰੀ ਗੱਲ ਆਖਰੀ ਹੈ ਜੀ ਕੁਰਸੀ ਛੱਡ ਜੇ ਬੱਚੀਏ ਕੁਰਸੀ ਛੱਡ ਜੇ ਚੱਕਦੀ ਬੀਬਾ ਕਲਮ ਘਟਾਰ ਕੁਰਸੀ ਛੱਡ ਜੇ ਚੱਕਦੀ ਬੀਬਾ ਕਲਮ ਘਟਾਰ ਇਹ ਚੰਦ ਫਰਵਾਹੀ ਵਾਲਾ ਫਿਰ ਲਿਖਦਾ ਤੇਰੀ ਵਾਰ ਇਹ ਚੰਦ ਫਰਵਾਹੀ ਵਾਲਾ ਫਿਰ ਲਿਖਦਾ ਤੇਰੀ ਵਾਰ